ਹਾਂਜੀ ਦੋਸਤੋ, ਦਾ ਫੈਕਟਰੀ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਮੈਂ ਹਾਂ ਏਕਤਾ ਅਰੋੜਾ। ਅੱਜ ਅਸੀਂ ਚਰਚਾ ਕਰਾਂਗੇ ਕੁਛ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਜੋ ਕਿ ਦੇਸ਼ ਵਿੱਚ ਆਪਣਾ ਪਸਾਰ ਚੁੱਕੇ ਨੇ। ਪਸਾਰਾ ਆਖਿਰ ਇਹਨਾਂ ਦਾ ਕੀ ਕਾਰਨ ਹੈ, ਇਹਨਾਂ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਕੁਛ ਮੁੱਦੇ ਅਸੀਂ ਲੈ ਕੇ ਆਏ ਹਾਂ ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਦੇਸ਼ ਦੇ ਵਿੱਚ ਵੈਸ਼ਵਾਵਰਤੀ ਵੱਧਦੀ ਜਾ ਰਹੀ ਹੈ ਦਿਨ ਪੇ ਦਿਨ। ਨੌਜਵਾਨ ਪੀੜ੍ਹੀ ਹੈ ਜੋ ਕਿ ਵੈਸ਼ਵਾਵਰਤੀ ਦੇ ਇਸ ਦੇ ਜਾਲ ਵਿੱਚ ਫਸਦੇ ਜਾ ਰਹੇ ਨੇ। ਬਹੁਤ ਸਾਰੇ ਲੋਕ ਨਸ਼ਾ ਦੇ ਹੇਠਾਂ ਆ ਚੁੱਕੇ ਨੇ, ਨਸ਼ੇ ਨੂੰ ਬਹੁਤ ਹੀ ਜ਼ਿਆਦਾ ਅਪਣਾਇਆ ਹੋਇਆ ਲੋਕਾਂ ਨੇ। ਹੋਰ ਵੀ ਬਹੁਤ ਸਾਰੇ ਜੋ ਕਿ ਭਰੂਣ ਹੱਤਿਆ ਬਹੁਤ ਜ਼ਿਆਦਾ ਵੱਧ ਰਹੀ ਹੈ। ਆਖਿਰ ਇਹ ਬੁਰਾਈਆਂ ਕਿਉਂ ਵੱਧਦੀਆਂ ਹਨ, ਦੇਸ਼ ਦੀ ਅਸੀਂ ਆਮ ਲੋਕਾਂ ਦੇ ਨਾਲ ਮਿਲਦੇ ਹਾਂ, ਜਾਣਦੇ ਹਾਂ। ਸਰ, ਤੁਹਾਡਾ ਨਾਮ ਕੀ ਹੈ? ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬੁਰਾਈਆਂ ਕਿਉਂ ਵੱਧ ਰਹੀਆਂ? ਬੁਰਾਈਆਂ ਸਾਡਾ ਸੱਚੇ ਸ਼ਬਦ ਤੋਂ ਨਾਮ ਸ਼ਬਦ ਲਿਆ ਜੀ, ਘੱਟ ਤੋਂ ਘੱਟ ਮੈਨੂੰ 25 ਸਾਲ ਹੋ ਗਏ ਨਾਮ ਸ਼ਬਦ ਲਏ ਨੂੰ। ਜੋ ਗੁਰੂ ਫਕੀਰ ਆਉਂਦੇ ਆ ਉਹਨਾਂ ਨੂੰ ਨਾਮ ਸ਼ਬਦ ਦਿੰਦੇ ਆ ਤਾਂ ਬੁਰਾਈਆਂ ਛੱਡੀਆਂ ਜਾਂਦੀਆਂ ਜੀ। ਜੋ ਸਿਆਸੀ ਲੋਕ ਹੁੰਦੇ ਆ ਉਹ ਬੁਰਾਈਆਂ ਨੂੰ ਛਡਾਉਣ ਦੀ ਖਾਤਰ ਨਹੀਂ ਗੁਰੂ ਫਕੀਰ ਨੂੰ ਨਹੀਂ ਰਹਿਣ ਦਿੰਦੇ ਜੀ। ਜੋ ਸੱਚੇ ਸ਼ਬਦ ਤੋਂ ਸਾਡਾ ਨਾਮ ਸ਼ਬਦ ਲਿਆ ਹੋਇਆ, ਘੱਟ ਤੋਂ ਘੱਟ 25 ਸਾਲ ਹੋ ਗਏ ਮੈਨੂੰ ਜੀ ਨਾਮ ਸ਼ਬਦ ਲਏ ਨੂੰ। ਅੱਜ ਮੰਨਦੇ ਹੋ ਤੁਸੀਂ ਡੇਰਾ ਦੇ ਮੁਖੀ? ਹਾਂਜੀ, ਅਸੀਂ ਅੱਜ ਵੀ ਡੇਰਾ ਮੁਖੀ ਨੂੰ ਮੰਨਦੇ ਹਾਂ। ਯਾਨੀ ਕਿ ਉਦੋਂ ਸਾਡਾ ਇੰਨਾ ਉਪਰਾਲਾ ਹੁੰਦਾ ਸੀ ਵੀ ਅਸੀਂ ਜਦੋਂ ਨਾਮ ਚਰਚਾ ਜਾਂ ਸਾਧ ਸੰਗਤ ਉੱਥੇ ਲਿਜਾਣੀ, ਜਦੋਂ ਸੰਗਤ ਲੱਗਣੀ ਅਸੀਂ 3 ਦਿਨ ਪਹਿਲਾਂ ਵਰਕ ਸ਼ੁਰੂ ਕਰ ਦੇਣਾ ਵੀ ਜਿੰਨੇ ਵੀ ਨਸ਼ਾ ਕਰਦੇ ਸੀ ਜਾਂ ਕੋਈ ਵੀ ਕਰਦੇ ਸੀ ਉਹਨਾਂ ਨੂੰ ਆਖਣਾ ਭਾਈ ਸੱਚੇ ਸੌਦੇ ਚੱਲੋ ਨਾਮ ਸ਼ਬਦ ਲੈ ਕੇ ਆਓ। ਜਿਹਨੂੰ ਇੱਕ ਵਾਰੀ ਆਖਣਾ ਉਹਨੇ ਕਹਿਣਾ ਬਾਈ ਜੀ ਸੁਬਾਹ ਮੈਨੂੰ ਉਠਾ ਦਿਓ, ਅਤੇ ਅਸੀਂ ਯਾਨੀ ਕਿ ਆਪਦਾ ਕੰਮ ਧੰਦਾ ਛੱਡ ਕੇ ਨਾਮ ਸ਼ਬਦ ਦਾ ਕੇ ਲਿਆਉਣਾ ਅਤੇ ਬੁਰਾਈਆਂ ਉਹਨਾਂ ਨੇ ਛੱਡ ਦੇਣੀਆਂ। ਦੋਸਤੋ, ਤੁਸੀਂ ਜਾਣਿਆ ਕਿ ਬਾਬਾ ਰਾਮ ਰਹੀਮ ਸਿੰਘ ਜੀ ਨੇ ਕਿਸ ਤਰ੍ਹਾਂ ਇਹਨਾਂ ਲੋਕਾਂ ਦੇ ਵਿੱਚ ਆਪਣੀ ਮੁਹਿੰਮ ਨੂੰ ਚਲਾ ਰੱਖਿਆ ਸੀ, ਕਿਸ ਤਰ੍ਹਾਂ ਇਹ ਨਸ਼ਾ ਮੁਕਤ ਕਰਦੇ ਸੀ ਲੋਕਾਂ ਨੂੰ, ਲੋਕਾਂ ਦੇ ਜੀਵਨ ਨੂੰ ਸੁਰੱਖਿਆ ਪੂਰਵਕ ਅਤੇ ਬਹੁਤ ਹੀ ਸ਼ਾਂਤੀਪੂਰਵਕ ਬਣਾਇਆ ਹੋਇਆ ਸੀ। ਹੋਰ ਵੀ ਬਹੁਤ ਸਾਰੇ ਮੁੱਦੇ ਉੱਠਦੇ ਆ, ਜਿਸ ਤਰ੍ਹਾਂ ਕਿ ਵੈਸ਼ਵਾਵਰਤੀ ਅਤੇ ਭਰੂਣ ਹੱਤਿਆ ਚੱਲ ਰਹੀ ਹੈ ਅੱਜ ਕੱਲ੍ਹ, ਬਹੁਤ ਹੀ ਇਸ ਦੀ ਸੀਮਾ ਤੋਂ ਬਹੁਤ ਹੀ ਉੱਪਰ ਹੋ ਚੁੱਕਿਆ ਹੈ ਇਹ ਕੰਮ। ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ, ਕੀ ਵਧਣ ਦਾ ਕਾਰਨ ਹੈ ਅਤੇ ਕੀ ਉਪਰਾਲੇ ਕੀਤੇ ਜਾ ਸਕਦੇ ਹੈ? ਵੇਖੋ ਮੈਡਮ ਜੀ, ਜਿਹੜਾ ਵੈਸ਼ਵਾਵਸਤੀ ਦਾ ਕਹਿੰਦੇ ਆ, ਮੇਰੀ ਗੁੜੀਆ 4th class ਤੋਂ ਮੈਂ ਉੱਥੇ ਲਾਈ ਹੋਈ ਹੈ, 4th class ਤੋਂ ਉੱਥੇ ਲਾਈ ਹੈ, ਅੱਜ 12th ਹੋ ਗਈ ਜੀ। ਇੱਥੋਂ ਨੂੰ ਸਾਨੂੰ ਉੱਥੇ ਬੈਨੀਫਿਟ ਜ਼ਿਆਦਾ ਹੈ ਜੀ। ਕੌਣ ਆਉਂਦਾ ਵੀ ਉੱਥੇ ਵੈਸ਼ਵਾਵਸਤੀ ਜਾਂ ਕੁਛ ਚੱਲਦਾ, ਜਦੋਂ ਸਾਡੀ ਖੁਦ ਆਪਦੀ ਗੁੜੀਆ ਪੜ੍ਹਦੀ ਉੱਥੇ, ਮੇਰੀ 4th class ਜਾ ਕੇ ਲਾਈ ਸੀ, ਅੱਜ 12th ਹੋ ਗਈ ਜੀ, ਇੰਟਰਨੈਸ਼ਨਲ ਭਰੇ ਰਿਹਾ ਜੀ। ਦੱਸੋ ਕੌਣ, ਕੋਈ ਸਾਬਤ ਕਰਾਵੇ ਸਾਨੂੰ ਵੀ ਉੱਥੇ ਆ ਹੈ ਚੀਜ਼, ਫਿਰ ਤਾਂ ਅਸੀਂ ਮੰਨੀਏ। ਗੁਰੂ ਜੀ ਨੇ ਕੀ ਕੀਤਾ, ਵੈਸ਼ਵਾਵਸਤੀ ਛੁਡਾ ਕੇ ਆਪਦੀਆਂ ਬੇਟੀਆਂ ਬਣਾਇਆ, ਜਿਹੜੇ ਕਿ ਜਨਮ ਦੇਣ ਵਾਲੀਆਂ ਮਾਤਾ ਉਹਨਾਂ ਨੂੰ ਮਾਤਾ ਭੈਣਾਂ ਉਹਨਾਂ ਨੂੰ ਸਮਝਿਆ, ਫਿਰ ਉਹਨਾਂ ਨੂੰ ਜੋ ਗਰਭ ਵਿੱਚ ਬੇਟੀਆਂ ਨੂੰ ਮਾਰਿਆ ਜਾਂਦਾ ਸੀ ਉਹਨਾਂ ਨੇ ਆਖਿਆ ਬੇਟਾ ਸਾਡੇ ਕੋਲ ਜਗ੍ਹਾ ਇੱਥੇ ਛੱਡੋ। ਕਿ ਇਸ ਜਿਹੜਾ ਮੀਡੀਆ ਵਧਾ ਚੜਾ ਕੇ ਗੱਲ ਕਰਦਾ, ਸੱਚ ਨਹੀਂ ਗੱਲ ਦੱਸਦਾ ਪੂਰੀ ਜਿੰਨੀ ਹੈਗੀ। ਦੋਸਤੋ, ਤੁਸੀਂ ਜਾਣੂ ਹੋਏ ਹੋ ਅੱਜ ਦੀ ਲੇਟੈਸਟ ਨਿਊਜ਼ ਲੈ ਕੇ ਆਏ ਹਾਂ ਕਿ ਕਿਸ ਤਰ੍ਹਾਂ ਬਾਬਾ ਰਾਮ ਰਹੀਮ ਸਿੰਘ ਜੀ ਨੇ ਵੈਸ਼ਵਾਵਰਤੀ 'ਤੇ ਰੋਕਥਾਮ ਪਾਈ ਸੀ। ਮੀਡੀਆ ਨੇ ਕੁਛ ਟਾਈਮ ਪਹਿਲਾਂ ਦਿਖਾਇਆ ਸੀ, ਉਹਨਾਂ ਦੀਆਂ ਸੁਰਖੀਆਂ ਵਿੱਚ ਆਇਆ ਸੀ ਕਿ ਡੇਰਾ ਦੇ ਵਿੱਚ ਵੈਸ਼ਵਾ ਆਉਂਦੀ ਹੈ, ਤਾਂ ਇਸ ਦੇ ਬਾਰੇ ਵਿੱਚ ਅੱਜ ਤੁਸੀਂ ਚਾਨਣਾ ਪਾਇਆ, ਦੇਖਿਆ ਕਿ ਡੇਰਾ ਦੇ ਵਿੱਚ ਕੁਛ ਵੀ ਗਲਤ ਕੰਮ ਨਹੀਂ ਹੁੰਦਾ ਸੀ ਉੱਥੇ। ਇਹਨਾਂ ਲੋਕਾਂ ਦੀਆਂ ਬੇਟੀਆਂ ਅੱਜ ਵੀ ਉੱਥੇ ਰੈਗੂਲਰ ਪੜ੍ਹਦੀਆਂ ਨੇ, ਅੱਜ ਵੀ ਜਾ ਰਹੀਆਂ ਨੇ। ਇਹਨਾਂ ਦਾ ਕਹਿਣਾ ਹੈ ਕਿ ਉੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਨਹੀਂ ਕੀਤਾ ਜਾਂਦਾ ਸੀ।